ਸਤਿਕਾਰ ਜੀ ਅੱਜ ਬੜੀਆਂ ਆਸਾਂ ਸੀ ਕਿ ਅੱਜ ਜਿਹੜਾ ਮੀਟਿੰਗ 4 ਤਰੀਕ ਦੀ ਕਿਉਂਕਿ ਉਦੋਂ ਇਹ ਗੱਲ ਹੋ ਰਹੀ ਸੀ ਕਿ ਦੋ ਕਾਨੂੰਨ ਉਹਨਾਂ ਨੇ ਵਾਪਸ ਲੈ ਲਏ ਤੇ ਦੋ ਕਾਨੂੰਨ ਆ ਜਿਹੜੇ ਉਹ ਰਹਿ ਗਏ ਉਹ ਗੱਲ ਟੋਟਲ ਜਿਹੜੀ ਆ ਉਹ ਝੂਠ ਹੀ ਸੀ ਮੈਂ ਤਾਂ ਤੁਹਾਨੂੰ ਉਦੋਂ ਕਿਹਾ ਸੀ ਵੀ ਸਿਰਫ ਤੇ ਸਿਰਫ ਜਿਹੜੇ ਇਹ ਸਿਰਫ 1% ਵੀ ਕੋਈ ਨਹੀਂ ਕਿਉਂਕਿ ਉਹਦਾ ਡਰਾਫਟ ਬਿੱਲ ਸੀ ਜਿਹੜਾ ਹਜੇ ਡਰਾਫਟ ਹੋ ਰਿਹਾ ਸੀ ਜਿਹੜਾ ਪਾਵਰ ਬਿੱਲ ਜਿਹੜਾ ਸੀ ਤੇ ਦੂਜਾ 에ਅਰ ਪੋਲੂਸ਼ਨ ਵਾਲਾ ਉਹ ਵੀ ਕਹਿੰਦੇ ਸੀ ਵੀ ਪਰਾਲੀ ਨੂੰ ਬਾਹਰ ਕੱਢਾਂਗੇ ਪਰ ਉਹ ਚ ਵੀ ਜਿਹੜਾ ਕੁਝ ਨਹੀਂ ਕੀਤਾ ਉਹ ਵੀ ਕੋਈ ਲਿਖਤੀ ਨਹੀਂ ਦਿੱਤਾ ਤੇ ਅੱਜ ਆ ਨਾਲ ਹੀ ਪਰਲੀ ਸੜਕ ਤੇ ਆ ਜਿਹੜਾ ਇੱਥੇ ਇਹ ਜਿਹੜੀ ਮੀਟਿੰਗ ਹੁੰਦੀ ਆ ਇਹਨਾਂ ਦੀ ਤੇ ਇਸ ਵੇਲੇ ਆ ਜਿਹੜਾ ਮੀਂਹ ਚ ਕਿਉਂਕਿ ਮੀਂਹ ਪੈ ਰਿਹਾ ਦਿੱਲੀ ਦੇ ਵਿੱਚ ਕਾਫੀ ਪਰ ਗੱਲ ਇਹ ਕਰ ਰਹੇ ਸੀ ਹੁਣ ਅੱਗੇ ਕੀ ਜਿਹੜੀ ਅੱਜ ਮੀਟਿੰਗ ਆ ਇਹਨਾਂ ਨੇ ਉਹ ਦੁਬਾਰਾ ਕਿਉਂਕਿ ਬਹੁਤ ਅੱਜ ਇਹ ਗੱਲ ਕਹਿੰਦੇ ਰਹੇ ਵੀ ਸਿਰਫ ਜੇ ਤੁਸੀਂ ਗੱਲ ਕਰਨੀ ਹੈ MSP ਤੇ ਕਰੋ ਉਹਦਾ ਵੀ ਕੋਈ ਕਮੇਟੀ ਬਣਾ ਦਿੰਦੇ ਆ ਕੋਈ ਕਮੇਟੀ ਬਣਾ ਕੇ MSP ਤੇ ਕੋਈ ਜਿਹੜੀ ਗੱਲ ਕਰਾਂਗੇ ਤੇ MSP ਤੇ ਜਿਹੜੀ ਗੱਲ ਆ ਉਹ ਤਾਂ ਆਪਾਂ ਲੀਗਲ ਰਾਈਟ ਦੀ ਗੱਲ ਕਰ ਰਹੇ ਹਾਂ ਵੀ ਲੀਗਲ ਰਾਈਟ ਆ ਜਿਹੜਾ ਉਹ ਦੋ ਤੇ ਵੀ ਕਹਿੰਦੇ ਕਮੇਟੀ ਬਣਾ ਦਿੰਦੇ ਆ ਜਿਹੜੇ ਤਿੰਨੋਂ ਬਿੱਲ ਵਾਪਸ ਲੈਣ ਦੀ ਗੱਲ ਉਹ ਤਾਂ ਕਹਿੰਦੇ ਕਰੋ ਹੀ ਨਾ ਕਿਉਂਕਿ ਮੈਂ ਪਹਿਲਾਂ ਹੀ ਕਿਹਾ ਸੀ ਮੀਟਿੰਗ ਤੋਂ ਜਦੋਂ ਅਸੀਂ ਵੀ ਕਿਉਂਕਿ ਇੱਥੇ ਪਤਾ ਲੈਂਦੇ ਰਹਿੰਦੇ ਹਾਂ ਵੀ ਕੀ ਸਰਕਾਰ ਦੇ ਆ ਮੈਂ ਪਹਿਲਾਂ ਹੀ ਇਹ ਗੱਲ ਕਹੀ ਸੀ ਚਾਹੇ ਕਿਸਾਨ ਯੂਨੀਅਨ ਲੀਡਰਾਂ ਨੂੰ ਕੁਛ ਕਹਿਣ ਕੁਛ ਨਾ ਕਹਿਣ ਤੇ ਕੋਈ ਪ੍ਰੋਬਲਮ ਆ ਰਹੀ ਹੈ ਨਹੀਂ ਬਿਲਕੁਲ ਠੀਕ ਇਹ ਚਾਹੇ ਕੁਛ ਕਹਿਣ ਪਰ ਅੰਦਰੋਂ ਪ੍ਰਾਈਮ ਮਿਨਿਸਟਰ ਤੇ ਅਮਿਤ ਸ਼ਾਹ ਜੀ ਇਹਨਾਂ ਦਾ ਟੋਟਲ ਇਹ ਕਹਿਣਾ ਹੈ ਵੀ ਅਸੀਂ ਬਿਲਕੁਲ ਚਾਹੇ ਕੁਛ ਹੋ ਜੇ 3 ਕਾਨੂੰਨ ਵਾਪਸ ਨਹੀਂ ਲੈਂਦੇ ਪਰ ਹੁਣ ਦੁੱਖ ਦੀ ਗੱਲ ਇਹ ਆ ਮੈਂ ਬਹੁਤ ਮਾਣ ਸਨਮਾਨ ਨਾਲ ਜਿਹੜੇ ਸਾਡੇ ਕਿਸਾਨ ਲੀਡਰ ਨੇ ਉਹ ਬੜੀ ਤਿਆਰੀ ਕਰਕੇ ਬੜੀ ਆਸ ਨਾਲ ਆਉਂਦੇ ਆ ਤੇ ਇਹਨਾਂ ਦਾ ਜਾਂਦਾ ਕੀ ਆ ਇਹ ਜਿਹੜੇ ਮੰਤਰੀ ਨੇ ਪਰ ਸੋਮ ਪ੍ਰਕਾਸ਼ ਜੀ ਤੁਸੀਂ ਤਾਂ ਪੰਜਾਬ ਦੇ ਹੋ ਇਹਨਾਂ ਨੂੰ ਤਾਂ ਨਹੀਂ ਦਰਦ ਆਪਣਾ ਤੁਸੀਂ ਦੇਖੋ ਸਹੀ ਅੱਜ ਇੱਕ ਬਜ਼ੁਰਗ ਉਹਦੀ ਜਿਹੜੀ ਵੀਡੀਓ ਆਈ ਆ ਕਿਸ ਤਰੀਕੇ ਨਾਲ ਉਹ ਬਜ਼ੁਰਗ ਆਪਣਾ ਉਹਨੂੰ ਬੈਰੀਗੇਡ ਜਾਂ ਜਿਹੜਾ ਪਿਆ ਹੱਥ ਪਾਉਂਦਾ ਪਾਉਂਦਾ ਅੱਜ ਜਿਹੜੇ ਨੌਜਵਾਨ ਬੱਚੇ ਹਰ ਚੈਨਲ 'ਤੇ ਅੱਜ ਇਹ ਗੱਲਾਂ ਸਾਹਮਣੇ ਆਈਆਂ ਉਹ ਨੌਜਵਾਨ ਜਿਹੜਾ 3 ਬੱਚੇ ਆ ਜਿਹਦੇ ਅਤੇ ਅੱਜ ਉਹ ਰੋ ਰਹੇ ਆ ਅੱਜ ਉਹ ਕਹਿ ਰਹੇ ਆ ਵੀ ਆਪਾਂ ਕਿਉਂਕਿ ਜਿਹਦੇ ਪਿੰਡ 'ਚ ਡੈਥ ਹੋ ਜਾਂਦੀ ਆ ਉਸ ਕਿਸੇ ਪਿੰਡ ਘਰੇ ਰੋਟੀ ਨਹੀਂ ਬਣਦੀ ਸੋਗ ਰਹਿੰਦਾ ਅਤੇ ਅੱਜ ਤਾਂ ਉਸ ਜਿੱਥੇ ਜਿੱਥੇ ਧਰਨੇ ਲੱਗਿਆ ਰੋਜ਼ ਦੀਆਂ ਤਕਰੀਬਨ 2 ਤੋਂ ਉੱਤੇ ਜਿਹੜੀਆਂ ਉਹ ਡੈਥਸ ਹੋ ਗਈਆਂ ਏ ਇਹ ਹਾਲਾਤ ਜਿਹੜੇ ਬਣ ਰਹੇ ਆ ਸ਼ਹੀਦ ਹੋ ਗਏ ਆ ਚਲੋ ਇੱਕ ਗੱਲ ਚੰਗੀ ਕੀਤੀ ਜਿਹੜੀ ਇੱਕ ਗੱਲ ਇਹਨਾਂ ਨੇ ਚੰਗੀ ਕੀਤੀ ਆ ਜਿਹੜੀ ਅੱਜ ਉਹਨਾਂ ਨੂੰ ਉੱਥੇ ਸ਼ਰਧਾਂਜਲੀ ਦਿੱਤੀ ਆ ਪਰ ਇੱਕ ਗੱਲ ਆ ਬਿਲਕੁਲ ਜਿਸ ਹਿਸਾਬ ਨਾਲ ਅੱਜ ਸਾਡੇ ਨੌਜਵਾਨ ਉੱਥੇ ਰੋ ਰਹੇ ਸੀ ਸਵੇਰੇ ਵੀ ਸਵੇਰੇ ਅਸੀਂ ਆਪਣਾ ਅਜੇ ਬ੍ਰੇਕਫਾਸਟ ਸਵੇਰੇ ਖਾਣਾ ਵੀ ਨਹੀਂ ਖਾਧਾ ਜਦੋਂ ਉਹ ਨੌਜਵਾਨ ਦੀ ਡੈਥ ਹੋਈ ਕਿਸ ਤਰੀਕੇ ਨਾਲ ਉਹਦਾ ਪਰਿਵਾਰ ਜਿਹੜਾ ਜਦੋਂ ਡੈਡ ਬਾਡੀਆਂ ਉਰਿਓਂ ਜਾ ਰਹੀਆਂ ਤੇ ਕਿਵੇਂ ਬਰਦਾਸ਼ਤ ਕਰਦਾ ਤੇ ਪਰ ਤੁਸੀਂ ਆਰਾਮ ਦੇ ਨਾਲ ਕਹਿ ਦਿੰਦੇ ਹੋ ਵੀ ਅਸੀਂ ਬਿੱਲ ਨਹੀਂ ਵਾਪਸ ਲੈਣੇ 8 ਤਰੀਕ ਤੱਕ ਕਿੰਨੀਆਂ ਦੀਆਂ ਮੌਤਾਂ ਹੋ ਜਾਣੀਆਂ ਕਿ ਤੁਹਾਡੇ ਉੱਤੇ ਕਿਉਂ 302 ਦੇ ਪਰਚੇ ਦਰਜ ਨਾ ਹੋਣ ਇਹ ਤਿੰਨੋਂ ਮੰਤਰੀਆਂ ਤੇ ਤਾਂ ਖਾਸ ਤੌਰ ਤੇ ਜਿਹੜੇ ਐਗਰੀਕਲਚਰ ਮਿਨਿਸਟਰ ਨੇ ਜਾਂ ਕਮਰਸ ਐਂਡ ਟ੍ਰੇਡ ਦੇ ਮਿਨਿਸਟਰ ਨੇ ਤੁਸੀਂ ਮੌਜ ਨਾਲ ਟਾਈਮ ਵੇਸਟ ਕਰਕੇ ਕਿਉਂਕਿ ਇਹ ਤੁਹਾਡੀ RSS ਦਾ ਬੜਾ ਪੁਰਾਣੀ ਇਹ ਤੁਹਾਨੂੰ ਟ੍ਰੇਨਿੰਗ ਆ
ਤੁਸੀਂ ਇਸੇ ਤਰੀਕੇ ਨਾਲ ਤੁਹਾਨੂੰ ਲੱਗਦਾ ਸ਼ਹੀਨ ਬਾਗ ਵਾਲਾ ਐਜੀਟੇਸ਼ਨ ਆ ਜਿਹੜਾ ਉਹ ਖਤਮ ਹੋ ਗਿਆ ਸੀ। ਤਰੀਕ ਤੇ ਤਰੀਕ ਪਾ ਕੇ ਤਰੀਕ ਤੇ ਤਰੀਕ ਪਾ ਕੇ ਇਹ ਨਹੀਂ ਤੁਹਾਨੂੰ ਗਲਤ ਫਹਿਮੀ ਆ। ਮੈਂ ਕੱਲ ਵੀ ਕਿਹਾ ਸੀ ਵੀ ਇਹ ਉਹ ਕੌਮ ਨਹੀਂ ਗੀ ਜਿਹੜੀ ਵਾਪਸ ਚਲੇ ਜਾਏਗੀ, ਪਰ ਹੁਣ ਸਾਡੇ ਲੀਡਰਾਂ ਨੂੰ ਮੈਂ ਕਹਿਣ ਵਾਲਾ ਕੋਈ ਨਹੀਂ। ਪਰ ਤੁਸੀਂ ਜਦੋਂ ਇਹ ਮੀਟਿੰਗ ਤੋਂ ਆਉਂਦੇ ਹੋ ਤੁਸੀਂ ਕਹੋ ਜਿੰਨਾ ਚਿਰ ਕਾਨੂੰਨ ਨਹੀਂ ਵਾਪਸ ਹੁੰਦੇ ਇੱਥੇ ਬੈਠੇ ਹਾਂ, ਤੁਹਾਡੇ ਮੂਹਰੇ ਬੈਠੇ ਹਾਂ, ਇੱਥੇ ਮਰਨ ਵਰਤੇ ਬੈਠੇ ਹਾਂ ਕਿ 40 ਲੀਡਰ ਤੁਸੀਂ ਮੈਂ ਸਲਾਹ ਦੇਣ ਵਾਲਾ ਨਹੀਂ। ਪਰ ਮੇਰੀ ਬੇਨਤੀ ਆ 8 ਤਰੀਕ ਨੂੰ ਜਿੱਦਣ ਵੀ ਇਹ ਮੀਟਿੰਗ ਆ ਉਨਾ ਚਿਰ ਬਾਹਰ ਨਾ ਨਿਕਲਿਓ, ਉੱਥੇ ਇਹਨਾਂ ਦਾ ਦਰਵਾਜ਼ਾ ਬੰਦ ਕਰ ਲਿਓ, ਕੁੰਡੇ ਬੰਦ ਕਰ ਲਿਓ। ਇਹ ਤਾਂ 3 ਨੇ, ਤੁਸੀਂ 41 ਹੋ ਵੀ ਭਾਈ। ਹੁਣ ਮੰਤਰੀ ਤੇ ਤੁਸੀਂ ਬਾਹਰ ਹੀ ਉਦੋਂ ਨਿਕਲਾਂਗੇ ਜਦੋਂ ਇਹ 3 ਬਿੱਲ ਰੱਦ ਹੋਣਗੇ। ਇਹ ਥੋੜ੍ਹੀ ਆਪਣੀ ਪੰਜਾਬ ਦੀ ਪੰਜਾਬੀਆਂ ਦੀ ਇਹ ਜਾਨ ਦਿਖਾਉਣੀ ਪੈਣੀ ਹੈ। ਗੱਲਾਂ 'ਚ ਇਹਨਾਂ ਨੇ ਆਪਾਂ ਨੂੰ ਬਾਰੇ ਨਹੀਂ ਆਉਣ ਦੇਣਾ। ਆਪਾਂ ਖਾਣ ਵਾਲੇ ਹਾਂ ਕਣਕ, ਆਪਾਂ ਖਾਣ ਵਾਲੇ ਹਾਂ ਦੇਸੀ ਰੋਟੀ ਸਾਗ, ਇਹ ਖਾਂਦੇ ਆ ਰੋਜ਼ ਨਿਯੋਜ਼ੇ, ਇਹ ਰੋਜ਼ ਖਾਂਦੇ ਆ ਤਰ੍ਹਾਂ ਤਰ੍ਹਾਂ ਦੇ ਦਿਮਾਗ ਤੇਜ਼ ਕਰਨ ਵਾਲੇ ਭੋਜਨ। ਅਤੇ ਬਾਬਾ ਰਾਮਦੇਵ ਉੱਥੋਂ ਬਣਾ ਨੁਸਖੇ ਆ ਜਿਹੜੇ ਇਹਨਾਂ ਨੂੰ ਭੇਜਦਾ ਬਾਬਾ ਰਾਮਦੇਵ, ਅਤੇ ਇਹ ਤਾਂ ਤਰੋ ਤਾਜ਼ਾ ਹੋ ਕੇ ਆਉਂਦੇ ਆ। ਅਤੇ ਤੁਸੀਂ ਉੱਠ ਕੇ ਆਉਣਾ ਹੁੰਦਾ ਆਪਾਂ ਟੈਂਟ 'ਚੋਂ ਰਾਤ ਨੂੰ ਠੰਡ 'ਚੋਂ, ਅਤੇ ਉੱਥੇ ਕਿਸੇ ਦੀ ਡੈਥ ਹੋਈ ਹੁੰਦੀ ਆ, ਕੋਈ ਬਿਮਾਰ ਹੁੰਦਾ, ਅਤੇ ਆਪਣੇ ਮਨ 'ਤੇ ਤਾਂ 100 ਬੋਝ ਹੁੰਦੇ ਆ। ਇਹ ਰੋਜ਼ ਰਣਨੀਤੀ ਨਵੀਂ ਘੜ ਕੇ ਆਉਂਦੇ ਆਪਣੇ ਅਫਸਰਾਂ ਦੇ ਨਾਲ, ਇਸ ਕਰਕੇ ਜਵਾਬ ਇਹਨਾਂ ਨੂੰ ਕੜਕ ਹੋ ਕੇ ਦੇਣਾ ਪਊਗਾ। ਨਹੀਂ ਇਸ ਵੇਲੇ ਪਿੱਛੇ ਨੌਜਵਾਨ ਜਿਨ੍ਹਾਂ ਦੇ ਡੌਲੇ ਇਸ ਵੇਲੇ ਫੜਕ ਰਹੇ ਆ, ਕਿੰਨਾ ਚਿਰ ਉਹ ਬਰਦਾਸ਼ਤ ਕਰੀ ਜਾਣਗੇ ਆਪਣੇ ਸਾਥੀਆਂ ਨੂੰ ਮਰਦੇ ਦੇਖਦੇ, ਸ਼ਹੀਦ ਹੁੰਦੇ ਦੇਖਦੇ। ਇਸ ਕਰਕੇ ਮੈਂ ਬਾਹਲੀਆਂ ਗੱਲਾਂ ਨਾ ਕਰਦਾ ਹੋਇਆ 8 ਤਰੀਕ ਦੀ ਮੀਟਿੰਗ ਆ ਜਿਹੜੀ, ਉਹ ਤੋਂ ਬਾਅਦ ਤਰੀਕ ਨਾ ਪੈਣ ਦਿਓ। ਇਹ ਤਾਂ ਰੋਜ਼ ਤਰੀਕਾਂ ਪਾ ਥਕਾ ਦੇਣਗੇ। ਕਿੰਨਾ ਚਿਰ ਆਪਾਂ ਮੀਡੀਆ 'ਚ ਗੱਲਾਂ ਕਰਦੇ ਰਵਾਂਗੇ ਬੱਸ ਦੇ ਵਿੱਚ ਬਹਿ ਕੇ ਜਾਂ ਬੱਸ ਤੋਂ ਬਾਹਰ ਜਾਂਦੇ ਹੋਏ। ਤੁਸੀਂ ਇਹਨਾਂ ਨੂੰ ਉੱਥੇ ਇਹ ਵੱਡੇ ਨੇ, ਇਹ ਬਹੁਤ ਵੱਡੇ ਆ ਸਾਤੋਂ, ਇਹ ਬਹੁਤ ਤਾਕਤਵਰ ਨੇ ਆਪਾਂ ਤੋਂ, ਅਤੇ ਇਸ ਕਰਕੇ ਤੁਸੀਂ ਅਗਲੀ ਮੀਟਿੰਗ 'ਚ ਨਹੀਂ ਸਾਨੂੰ ਦੱਸ ਦਿਓ, ਅਸੀਂ ਆ ਜਾਂਦੇ ਹਾਂ। ਉੱਥੇ ਹੀ ਉਨਾ ਚਿਰ ਇਹਨਾਂ ਨੂੰ ਕਹੋ ਭਾਈ ਚਾਹੇ 24 ਘੰਟੇ ਲਾ ਲਓ, ਚਾਹੇ 5 ਦਿਨ ਲਾ ਲਓ, 10 ਦਿਨ ਲਾ ਲਓ, ਇੱਥੇ ਹੀ ਬੈਠੇ ਹਾਂ, ਇਸ ਕਮਰੇ ਤੋਂ ਬਾਹਰ ਨਹੀਂ ਨਿਕਲਣਾ, ਹੁਣ ਹੱਲ ਕਰਕੇ ਨਿਕਲਾਂਗੇ। ਇਹ ਕੀ ਮਤਲਬ ਰੋਜ਼ ਮੀਟਿੰਗ, ਕਿਉਂਕਿ ਨਵੀਂ ਗੱਲ ਤਾਂ ਆਪਾਂ ਕਰ ਨਹੀਂ ਰਹੇ। 3 ਬਿੱਲ ਵਾਪਸ ਲੈਣ ਦੀ MSP ਦੀ ਗਰੰਟੀ ਹੈ, ਦੱਸੋ ਤਾਂ ਸਹੀ ਵੀ ਇਹ ਸਰਕਾਰ ਆ ਕਿਹਦੇ ਕੋਲ ਇਹਨਾਂ ਨੇ ਗੱਲ ਕਰਨੀ ਆ ਜਾ ਕੇ, ਅਤੇ ਆਪਾਂ ਵੀ ਕਿਹੜੀ ਨਵੀਂ ਤਿਆਰੀ ਕਰਕੇ ਜਾਣੀ ਆ, ਕਿਹੜੇ ਕਿਹੜੇ ਡਿਕਸ਼ਨਰੀਆਂ 'ਚੋਂ ਹੋਰ ਨਵੇਂ ਵਰਡ ਆਪਾਂ ਵੋਕੈਬਲਰੀ ਕੱਢ ਕੇ ਲਿਆਉਣੀ ਆ। ਇੱਕ ਸਧਾਰਨ ਜ਼ਿਮੀਂਦਾਰ ਤੋਂ ਉਹਨੂੰ ਵੀ ਪਤਾ ਵੀ 3 ਕਾਨੂੰਨ ਵਾਪਸ, MSP ਦੀ ਗਰੰਟੀ, ਅਤੇ ਹੋਰ ਆਪਾਂ ਨਵੀਂ ਤਿਆਰੀ ਕਿਹੜੀ ਕਰਕੇ ਆਉਣੀ ਆ, ਜਿਹੜੀ ਕਿ ਆਪਾਂ ਤਰੀਕ ਅਗਲੀ ਲੈ ਲੈਂਦੇ ਹਾਂ ਨਾ। ਤਾਂ ਇਸ ਕਰਕੇ ਡਟ ਕੇ ਇਹ ਕੰਮ ਕਰਨਾ ਪਊ, ਹਾਂ ਅਤੇ ਨਾ ਜਵਾਬ ਲੈਣਾ ਪਊ। ਟੇਬਲ ਟੋਕ ਜ਼ਰੂਰੀ ਆ, ਪਰ ਟੇਬਲ ਟੋਕ ਨਾਲ ਕਿੰਨੇ ਬੰਦੇ ਮਰਾਉਣੇ ਆ ਅਸੀਂ, ਕਿੰਨੇ ਬੰਦੇ ਮਰਾਉਣੇ ਆ ਮੈਨੂੰ ਦੱਸੋ ਟੇਬਲ ਟੋਕ ਨਾਲ। ਇਸ ਕਰਕੇ ਜਿਹੜਾ ਕੰਮ ਕਰਨਾ ਮਜ਼ਬੂਤੀ ਨਾਲ ਕਰੋ, ਇੱਥੋਂ ਗੱਲ ਕੀ ਹੋ ਜੂਗੀ, ਮੇਰੇ 'ਤੇ FIR ਦਰਜ ਕਰਾਤੀ ਅਤੇ ਫਿਰ ਕੀ ਹੋ ਗਿਆ। ਤੁਸੀਂ ਇਹਨਾਂ ਨੂੰ ਉੱਥੇ ਫੜ ਲਓ ਵੀ ਭਾਈ ਪਰਚੇ ਦਰਜ ਕਰਾ ਦਿਓ, ਚਾਹੇ ਅਸੀਂ ਤੁਹਾਨੂੰ ਇੱਥੋਂ ਹਿੱਲਣ ਨਹੀਂ ਦੇਣਾ, ਪਰ ਤੁਹਾਡੀ ਪੁਲਿਸ ਸਾਨੂੰ ਦੇਖਿਓ ਵੀ ਟੈਂਟ ਹਵਾ ਤੇਜ਼ ਹੈ, ਝਾੜੂ ਜਿਹਾ ਲਾ ਦਿਓ, ਚਲੋ ਕੋਈ ਗੱਲ ਨਹੀਂ, ਇਹ ਮੀਂਹ ਤੇਜ਼ ਹੋ ਗਿਆ, ਹਵਾ ਚੱਲ ਰਹੀ ਆ, ਅਤੇ ਇਹ ਕੰਮ ਇੱਕ ਵਾਰ ਫੈਸਲਾ ਕਰਨਾ ਪੈਣਾ। ਇਹ ਨਹੀਂ ਤਾਂ ਇਹ ਸਾਲੋਂ ਵੱਧੀ ਤੁਸੀਂ ਤਾਂ ਮੀਟਿੰਗਾਂ ਚੁੜ ਜਾਂਦੇ ਰੱਖਣਗੇ ਤੁਹਾਨੂੰ, ਅਤੇ ਲੋਕਾਂ ਦੀ ਤਾਕਤ ਤੁਹਾਡੇ ਮਗਰ ਆ। ਇਸ ਕਰਕੇ ਕੋਈ ਸਖਤ ਕਦਮ ਲੈ ਕੇ ਇਹ ਫੈਸਲਾ ਕਰਾਉਣਾ ਪੈਣਾ ਹੈ। ਇਹਨਾਂ ਦਾ ਜਾ ਕੁਛ ਨਹੀਂ ਰਿਹਾ ਵੀ ਭਾਈ ਹਫ਼ਤੇ ਬਾਅਦ ਅਸੀਂ ਟਾਈਮ ਦੇ ਦਿੰਦੇ ਹਾਂ, ਇਹ ਲੀਡਰ ਬੱਸ 'ਚ ਬਹਿ ਕੇ ਸਾਡੇ ਕੋਲ ਆ ਜਾਂਦੇ ਆ, ਇਹਨਾਂ ਨੂੰ ਇੱਥੇ ਅਸੀਂ ਗਮਰਾਹ ਕਰਕੇ ਇੱਧਰ ਉੱਧਰ ਦੀਆਂ ਮਾਰ ਕੇ ਲੰਗਰ ਛਕਾ ਕੇ ਚਾਹ ਪਿਲਾ ਕੇ ਵਾਪਸ ਭੇਜ ਦਿੰਦੇ ਹਾਂ। ਬਿਲਕੁਲ ਕੋਈ ਕਹਿ ਅਸੀਂ ਲੰਗਰ ਰੋਟੀ ਅਸੀਂ ਨਾ ਸਰਸਾ ਸਾਹਿਬ ਕਿ ਸਾਰੇ, ਆਪਾਂ ਕਾਹਦਾ ਲੰਗਰ ਛਕਣਾ, ਕਾਹਦੀ ਚਾਹ ਪੀਣੀ ਹੈ ਵੀ। ਇੱਕ ਅੰਨ ਦਾ ਦਾਣਾ ਨਹੀਂ ਖਾਣਾ, ਨਾ ਮੀਟਿੰਗ ਤੁਹਾਨੂੰ ਖਾਣ ਦੇਣਾ, ਨਾ ਆਪ ਖਾਣਾ, ਉਨਾ ਚਿਰ ਜਿੰਨਾ ਚਿਰ ਤੁਸੀਂ
8 तरीक तो बाद भी बिल नहीं भाई वापस लेंदे। सानू नहीं भुख लगती, साडे बच्चे मर रहे आ, असी खा के की करना जी। अज रात नू पता नहीं किन्ने बजुर्गों ने ठंड च बीमार होना, किन्नियां ने आ मीह दे विच अज शहीद होना। इस करके 8 तरीक का फैसला करो, तकड़े होके करो, नहीं कोई ना कोई जिहड़ा स्टैप आ अगला सारिआं नू लैणा पऊ। वह गल हुण फिर 8 तरीक नू करांगे। जे इन्हां ने कोई मीटिंग हल ना किया, असीं भी अपने वल्लों कोई होर जिहड़ी रणनीति बनाउणी पऊगी। नहीं ऐं मीटिंगां भी हौली देने पोलियां जिहियां गल्लां करके भेज दिंदे हो सोम प्रकाश जी, तुसीं भी नहीं। जे 8 तरीक नू हल नहीं हुंदा सोम प्रकाश जी, ते जिन्ने भी विच पंजाबी बैठे हुंदे अफसर, तुसीं भी किसानां नाल उत्थे ही इन्हां दा बाईकाट करके बह जाओ भी रोज़ रोज़ ये गल्लां चलनियां नहीं। अज तां मीटिंग भी बहुत थोड़ी चली आ, ते मैं किन्नी वार तुहानूं कहा तुसीं भी नहीं मैनूं लगदा समझदे नहीं। तुसीं जिन्ना चिर पीयूष गोयल नूं नहीं बाहर कढोंगे, अज सवेरे सवेरे मीडिया दिखाई गया राजनाथ जी आ रहे ने, राजनाथ जी आ रहे ने जान के, ते इस करके ये पीयूष गोयल ने बिल्कुल कुछ होण नहीं देना। जे तोमर कुछ साफ करना भी चाहणगे, पर थोनू मैं कह कह पिट पिट थक गया वो भाई, तुसीं मीटिंग करन जाने हो, जे असीं जाना होवे तां ये कह के जाइए भाई मीटिंग आ जिहड़ी अज तों बाद, कोई तां शर्तां रखो तुसीं भी, क्यों चुप करके मुड़े आने हो, हरेक गल इन्हां दी चलू, आपां जाके आराम नाल गल करके मुड़े आने हैं। मीडिया का जिमांबड़ा लोगों की आस साढ़े ते लगी हुंदी आ, सारा पंजाब हरियाणा देश दुनिया भर च लोग देखते हुंदे आ भी अज कोई रिजल्ट निकलू। 8 तरीक नूं ना मुड़े हो, ना मुड़े हो, बहुत निराशता हुंदी आ, बहुत आसां ते उम्मीदां हुंदियां है। जदों तुसीं कह दिंदे हो भी इस बार असीं तैयारी कर रहे हैं, लाजवाब कर देंगे उन्हां नूं, इस वेले लाजवाब करन दी लोड़ नहीं। हुण आंसू झले नहीं जांदे, अज नौजवान बच्चियां दे जो सवेरे 8 तों 8:15 दे विच जो उन्हां दे पिंडां च जिहड़े नौजवान मरे ने, उन्हां ने कहा भी ना इत्थे कोई शराब, ना कोई इत्थे भंगड़ा। जिन्ने भी आ गीतकार ने, अग्रेवाल साहब जां होरां ने, तां बहुत ही वधिया जिहड़े अपने, ये मैं तां कहूँगा ये तो लोग गाथा जिहड़ियां उन्होंने बनाती है, गाने तो कहना गलत आ, गीत कहना जायनू गलत, पर होर भी सिंगर सारे उत्थे जां गुरबाणी जां शब्द जां सिर्फ जिहड़े सुरजीत पात्र वर्गे दीआं जिहड़े महान साडे राइटर ने उन्हां दी लिखिया हुई गल्लां ओह करो, स्टेज पर भी उहो जिहियां गल्लां होण। इस वेले रब की शक्ति चाहीदी, अपना सब गल्लां तों परे उत्थे बाणी वध तो वध जिन्नी बाणी का प्रवाह होना चाहिए, जिन्नी बाणी आप पढ़ांगे उन्नी शक्ति मिलू, तो उन्ना इन्हां नूं वो परमात्मा कमजोर करूगा, झुकणगे सारे उत्थे दो दो घंटे सवेरे शाम दुपहरे गुरु का नाम लो, गुरु का नाम लो, बाकी सब काम छड्ड दो, स्टेज पर बह के भी सिर्फ उत्थों गुरु का जाप चले, सतनाम वाहिगुरु का जाप जदों इन्ने लखां लोग एक बार करनगे, एक टाइम दे दो भी सवेरे तड़के इन्ने बजे, दोपहर नूं इन्ने बजे, शाम नूं इन्ने बजे, सिर्फ परमात्मा का नाम, गुरु का जाप, सतनाम वाहिगुरु का जाप, वो ताकत मिलेगी एक वातावरण दे विच, उस परमात्मा का जदों रब का नाम गूंजेगा, ये अपने आप गोडे टेकणगे। ये जरूर करो, परमात्मा का हर वेले उत्थे रोज़ स्पीकर थोड़े लगे ने, संत महापुरश बैठे आ, सारियां तो सिर्फ वो टाइम रब का नाम लो। अखीर मैं बीजेपी वालियां नूं ये देश की गल होगी, पंजाब की गल करा, तो अज फिर दोबारा जदों बीजेपी लुधियाने वाले अज धरना लाउण गए मेरे खिलाफ, जदों बैठण गए घंटा घर, अज ओ होई, मैं कहना परमात्मा रब किसी नाल ना करे। जिदन पहला 2 तरीक नूं गए उदन किसानां ने जथेबंदियां ने भजाया, अज जदों बैठे उत्थे वपारियां ने, सारे शहर दे वपारियां ने, जिहड़ा इन्हां दा 11 तों 3 बजे तक सी, 15 बंदे गए उत्थे, ते साडे मीडिया दा मैं धन्नवाद करदा हाथ जोड़ के, जो मीडिया वाले सच्चाई दा साथ दे रहे आ लुधियाणे दे विच, पंजाब दे विच, ओह मीडिया वालिआं ने मैं समझदा सवालां दे मूहरे
एक जवाब किसी बीजेपी नूं आया। मैं नौ लैके भी मैं उन्हां दा सारिआं दा धन्नवाद करूँगा, गल करूँगा, पर वो कहिंदे भाई पहला ही मरे पए आ, चको अपना धरना, साडियां दुकानां है जिहड़ा साडा काम ना बंद करो। वो माड़े मोटे जिहड़े 15 जणे सी वह भी उत्थों भजाते भी बिल्कुल इत्थे कोई तुहाडा धरना नहीं लगूगा। तो मुख्यमंत्री साहब ने यह गल कही है कि तुसीं क्यों मजाक वाली गल करदे हो, जदों एक बार FIR दर्ज तुसीं इत्थे दिल्ली च करती आ कदे FIR भी दोबारा हुंदियां हुंदियां। एक FIR जदों तुसीं धक्के नाल इत्थे दर्ज करा चुके हो तो होर एक गल दी FIR किन्नी बार हुंदियां हुंदियां। इस करके तुसीं ना यह बहाने बना के धरना लाने हो, भज जाने हो, फिर तुहानूं कोई बहन नहीं दिंदा। तो इस करके अज हजारां बंदा पुलिस वाला पहला लग्गिया। ते ना लोगों तंग करो, ना लोगों का ध्यान आ जिहड़ा वह सबनों पता है, इस वेले किसानां वाला सरकार वाला थोड़े ये काम नाल कुछ नहीं होना, कख नहीं इहदे नाल होना। तो पर तैयारी करो, इतों वेले हो जाइए, किसानों की जंग जित लीए फिर थोड़े वालों होवांगे। फिर जिन्ने किसान शहीदियां हुई इन्हां दे परचे दर्ज असीं आके थोड़े ते करावांगे 302 दे। जिहड़ा जिहड़ा मूहरे आ रहा ना, कल्ले कल्ले नूं असीं देख रहे हां, ये जिहड़ा आ रहा मूहरे उहदे 302 दे परचे, ये सारे किसानां दे इन्हां दीआं शहादतां बा एन नहीं गाया जाएगा। 302 दे मुकदमे थोड़े कल्ले कल्ले ते दर्ज होएगा, चाहे कोर्ट च जाके दर्ज कराने पैण। इस करके कोई गल नहीं, अज फिर लंबी गल ना करता हुआ, क्योंकि अब सवेर के मीह पै रहे सी उरे, मैं सी भी किसानों तो बाद जिहड़ा किसानों के मीटिंग तो बाद थोड़े रूबरू होवांगे, क्योंकि आस हुंदी है कभी शायद शायद कोई रिजल्ट निकल आवे, पर जदों नहीं निकलता फिर मन टुटता है, गुस्सा आउंदा है, पर फिर उन्हें काबू करदे नहीं तो अज ही असीं उधर नूं आ जाण लगे सी, पर असीं कह ये कोई साढ़े नौ ना लग गई, ये कहण भी असीं तां भी सारा कुछ करन लग गए सी, इह तां कांग्रेस के MP MLA आ गए, इन्हां ने विघन पाता, असीं कह ये बहाना बना लैणगे जदी, असीं नहीं इसे करके अज नहीं गए। 8 तरीक की हुण रणनीति है जिहड़ी, वो देखांगे की करना है, 26 तरीक नूं किवें करना है, वह रोज़ थोड़े नाल रूबरू होके गल करांगे। पर अज दुख होया, अफसोस सारिआं ने, आपां अपने अपने घर जिन्हें भी किसान शहीद होए उन्हां दे परिवारां लई, आपां सुख शांति लई पिछे परिवारां लई उन्हां दे, ते उन्हां नूं परमात्मा अपने चरणों निवास बख्शे, ते उन्हां नूं विछड़ी हुई रूह नूं परमात्मा अपने चरणों निवास बख्शे। ते पिछे परिवार की सब ने जिन्नी मदद हुंदी है, जिन्नी मदद होएगी, सारे अपने अपने इलाके जिथे दे उह किसान ने उन्हां दे एड्रैस लैके, संगरूर दे होए, बरनाले दे होए, हुशियारपुर दे, जिहड़ी भी जगह दे आ मेरे लुधियाणे दे शहीद होए आ, उन्हां दी वध तों वध आपां मदद करनी आ, उन्हां दे परिवारां दी मदद करनी आ। इन्नियां गल्लां कह के फिर थोड़ा बहुत बहुत धन्यवाद। जय हिंद।